ਅਸੀਂ ਇਸ ਚੈਨਲ ਤੇ ਆਪਣੇ ਸਾਡੇ ਸਾਰੇ ਵਿਊਅਰਸ ਦਾ ਪ੍ਰਾਰਥਨਾ ਘਰ ਵੱਲੋਂ ਬਹੁਤ ਸਵਾਗਤ ਕਰਦੇ ਹਾਂ। ਪ੍ਰਾਰਥਨਾ ਘਰ ਨੇ ਇਹ ਚੈਨਲ ਇਸ ਲਈ ਸ਼ੁਰੂ ਕੀਤਾ ਤਾਂ ਕਿ ਤੁਸੀਂ ਸਾਰੇ ਸੋਹਣੇ ਪੰਜਾਬੀ ਆਪਣੇ ਪਰਮੇਸ਼ੁਰ ਨੂੰ ਜਾਣ ਸਕੋ, ਉਹਦੇ ਨਾਲ ਜੁੜ ਸਕੋ ਅਤੇ ਬਹੁਤਾਇਤ ਦੀ ਆਸ਼ੀਸ਼ਾ ਪਾ ਸਕੋ। ਪਰਮੇਸ਼ੁਰ ਦਾ ਵਚਨ ਕਹਿੰਦਾ ਮਤੀ 11 ਦੇ 28 'ਚ, ਇਹ ਬੋਝ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਵਿਸ਼ਰਾਮ ਦੇਵਾਂਗਾ। ਇਸ ਵਚਨ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਅਤੇ ਮੈਂ ਆਜ਼ਾਦੀ ਪਾਈ। ਮੈਂ ਉਮੀਦ ਕਰਦੀ ਹਾਂ ਪਰਮੇਸ਼ੁਰ ਦਾ ਵਚਨ ਤੁਹਾਡੇ ਜੀਵਨ ਨੂੰ ਵੀ ਬਦਲੇਗਾ। ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਦੇ।